ਰੋਗ ਨਿਯੰਤਰਣ ਅਤੇ ਰੋਗथाम ਕੇਂਦਰਾਂ ਦੇ ਅੰਕੜਿਆਂ ਦੇ ਅਨੁਸਾਰ ਸੰਯੁਕਤ ਰਾਜ ਵਿੱਚ ਪਿਛਲੇ ਸਾਲ ਅੰਦਾਜ਼ਨ 10,9680 ਮੌਤਾਂ ਹੋਈਆਂ ਸਨ ਜਿਨ੍ਹਾਂ ਵਿੱਚੋਂ ਲਗਭਗ 75,000 ਫੈਂਟਨਿਲ ਅਤੇ ਹੋਰ ਸਿੰਥੈਟਿਕ ਓਪੀਓਇਡਸ ਕਾਰਨ ਹੋਈਆਂ ਸਨ ਸਸਤੀ ਫੈਂਟਨਿਲ ਨੂੰ ਹੋਰ ਦਵਾਈਆਂ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ ਅਕਸਰ ਖਰੀਦਦਾਰਾਂ ਦੀ ਜਾਣਕਾਰੀ ਤੋਂ ਬਿਨਾ ਮੈਕਸੀਕੋ ਵਿੱਚ ਫੈਂਟਨਿਲ ਆਮ ਤੌਰ ਤੇ ਉਦੋਂ ਹੁੰਦੀ ਹੈ ਜਦੋਂ ਡਰੱਗ ਨੂੰ ਪਹਿਲਾਂ ਹੀ ਗੋਲੀਆਂ ਵਿੱਚ ਦਬਾਇਆ ਜਾਂਦਾ ਹੈ ਅਤੇ ਯੂਐਸ ਸਰਹੱਦ ਵੱਲ ਲਗਾਇਆ ਜਾਂਦਾ ਹੈ ਯੂਐਸ ਪ੍ਰੋਸੀਕਿਊਟਰ ਦੋਸ਼ ਲਗਾਉਂਦੇ ਨੇ ਕਿ ਜ਼ਿਆਦਾਤਰ ਉਤਪਾਦਨ ਕੋਲਾੰਕਨ ਵਿੱਚ ਅਤੇ ਉਸ ਦੇ ਆਲੇ ਦੁਆਲੇ ਹੁੰਦਾ ਹੈ ਜਿੱਥੇ ਸਿਨਾਲੋਆ ਕਾਰਟਲ ਦਾ ਪੂਰਾ ਨਿਯੰਤਰਣ ਹੈ